ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੀ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ 6ਵੀਂ 7ਵੀਂ 9ਵੀਂ ਜਮਾਤ ਲਈ ਗਣਿਤ ਵਿਸ਼ੇ ਦਾ ਮੈਥ ਵਿਸ਼ੇ ਦਾ ਟਰਮ 2 ਦਾ ਸਿਲੇਬਸ ਤੇ ਪੇਪਰ ਪੈਟਰਨ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਬੇਟਾ ਇਹ ਚੀਜ਼ ਨੋਟ ਕਰ ਲੈਣੀ ਹੈ 6ਵੀਂ 7ਵੀਂ 9ਵੀਂ ਜਮਾਤ ਦੇ ਸਾਰੇ ਬੱਚਿਆਂ ਨੇ ਵੀ ਕਿਹੜੇ ਚੈਪਟਰ ਦੇ ਵਿੱਚੋਂ ਤੁਹਾਨੂੰ ਕਿੰਨੇ ਅੰਕਾਂ ਦਾ ਕੰਮ ਆਏਗਾ ਠੀਕ ਹੈ ਜੀ ਚਲੋ ਆਪਾਂ 6ਵੀਂ ਤੋਂ ਸਟਾਰਟ ਕਰਦੇ ਹਾਂ ਕੈਮੀ ਦਾ ਕੁੱਲ ਪੇਪਰ ਜਿਹੜਾ ਮੈਥ ਦਾ ਉਹ 40 ਅੰਕਾਂ ਦਾ ਹੋਏਗਾ ਤੇ ਕੁੱਲ ਸਮਾਂ 2 ਘੰਟੇ ਦਾ ਹੋਏਗਾ ਠੀਕ ਹੈ ਪ੍ਰਸ਼ਨ ਪੱਤਰ ਦੀ ਮੰਤਰ ਕਿਹੋ ਜੀ ਹੋਏਗੀ ਪਹਿਲਾ ਪੁਆਇੰਟ ਆ ਸਾਡਾ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ ਜਿੰਨੇ ਵੀ ਤੁਹਾਨੂੰ ਪ੍ਰਸ਼ਨ ਹੋਣਗੇ ਪੇਪਰ ਦੇ ਵਿੱਚ ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹੋਣਗੇ ਭਾਗ ਤਿੰਨ ਭਾਗ ਦੇ ਵਿੱਚ ਹੋਏਗਾ ਭਾਗ ੳ ਅੜਾ ਤੇ ਈੜੀ ਭਾਗ ੳ ਤੇ ਇੱਕ ਵਿੱਚ 1 ਤੋਂ ਲੈ ਕੇ 4 ਤੱਕ ਪ੍ਰਸ਼ਨ ਹੋਣਗੇ ਜਿਹੜੇ ਹਰੇਕ ਪ੍ਰਸ਼ਨ ਦਾ 2 ਅੰਕ ਹੋਏਗਾ ਪਾਗਾੜਾ ਵਿੱਚ 5 ਤੋਂ ਲੈ ਕੇ 9 ਤੱਕ ਹੋਣਗੇ ਹਰੇਕ ਪ੍ਰਸ਼ਨ ਦਾ 4 ਅੰਕਾ ਹੋਏਗਾ 4 ਅੰਕਾਂ ਦਾ ਹੋਏਗਾ ਹਰੇਕ ਪ੍ਰਸ਼ਨ ਤੇ ਕਿਸੇ ਵੀ ਤਿੰਨ ਪ੍ਰਸ਼ਨਾਂ ਦੇ ਵਿੱਚ ਅੰਦਰੂਨੀ ਛੋਟ ਹੋਏਗੀ ਮਤਲਬ ਕੋਈ ਵੀ ਤਿੰਨ ਪ੍ਰਸ਼ਨ ਜਿਹੜੇ ਇਹਦੇ ਵਿੱਚ ਜਾਂ ਵਾਲੇ ਹੋਣਗੇ ਠੀਕ ਹੈ ਅੱਗੇ ਭਾਗ ਈਡੀ ਦੇ ਵਿੱਚ 10 ਤੋਂ 11 ਕੁਐਸਚਨ ਮਤਲਬ ਦੋ ਪ੍ਰਸ਼ਨ ਹੋਣ ਦੇ 6-6 ਅੰਕਾਂ ਵਾਲੇ ਤੇ ਦੋਹਾਂ ਵਿੱਚ ਅੰਦਰੂਨੀ ਛੋਟ ਮਤਲਬ ਜਾਂ ਹੋਊਗੀ ਕਲੀਅਰ ਚਲੋ ਆਪਾਂ ਚੈਪਟਰ ਦੇਖਦੇ ਹਾਂ ਕਿਹੜੇ-ਕਿਹੜੇ ਆ ਤਾਂ ਸਾਡੇ ਪ੍ਰਸ਼ਨ ਇਸ ਵਾਰ 1 ਅੰਕ ਦਾ ਕੋਈ ਪ੍ਰਸ਼ਨ ਨਹੀਂ ਆਏਗਾ 2 ਅੰਕਾਂ ਵਾਲੇ 4 ਅੰਕਾਂ ਵਾਲੇ ਤੇ 6 ਅੰਕਾਂ ਵਾਲੇ ਆਉਣਗੇ ਚੈਪਟਰ ਹੈ ਸਾਡਾ ਬੀਜ ਗਣਿਤ ਅਲਜਬਰਾ ਠੀਕ ਹੈ 6 ਅੰਕਾਂ ਦਾ ਕੁੱਲ ਕੰਮ ਇਸ ਚੈਪਟਰ ਦੇ ਵਿੱਚੋਂ ਆਏਗਾ ਇੱਕ ਕੁਐਸਚਨ 2 ਦਾ ਆਏਗਾ ਇੱਕ 4 ਦਾ ਆਏਗਾ ਆਰੰਭਿਕ ਆਕਾਰਾਂ ਨੂੰ ਸਮਝਣਾ ਠੀਕ ਹੈ ਆਰੰਭਿਕ ਆਕਾਰਾਂ ਨੂੰ ਸਮਝਣਾ ਚੈਪਟਰ ਹੈ ਜਿਹੜਾ ਉਹ ਵੀ 6 ਅੰਕਾਂ ਦਾ ਆਏਗਾ ਇੱਕ ਪ੍ਰਸ਼ਨ 2 ਅੰਕਾਂ ਦਾ ਇੱਕ 4 ਅੰਕਾਂ ਦਾ ਅੱਗੇ ਹੈ ਪ੍ਰੈਕਟੀਕਲ ਜਿਓਮੈਟਰੀ ਪ੍ਰਯੋਗਿਕ ਜਿਮਾਈਤੀ ਆਏਗੀ 6 ਅੰਕਾਂ ਦੀ ਇੱਕ 2 ਦਾ ਇੱਕ 4 ਦਾ ਆਏਗਾ ਅੱਗੇ ਰੇਸ਼ਿਓ ਐਂਡ ਪ੍ਰੋਪੋਰਸ਼ਨਲ ਮਤਲਬ ਅਨੁਪਾਤ ਅਤੇ ਸਮਾਨੰਦ ਅਨੁਪਾਤ ਇਹ ਵੀ ਸ਼ੇ ਅੰਕਾਂ ਦਾ 1 2 ਦਾ 1 4 ਦਾ ਆਏਗਾ ਮੋਸਟ ਇੰਪੋਰਟੈਂਟ ਚੈਪਟਰ ਪਰਿਮਾਪ ਅਤੇ ਖੇਤਰਫਲ ਏਰੀਆ ਐਂਡ ਪੈਰੀਮੀਟਰ ਜਾਂ ਕਿ ਲਈ ਪੈਰੀਮੀਟਰ ਐਂਡ ਏਰੀਆ ਇਹ 10 ਅੰਕਾਂ ਦਾ ਆਏਗਾ ਇੱਕ 4 ਦਾ ਆਏਗਾ ਇੱਕ 6 ਦਾ ਮਤਲਬ ਇੱਕ ਕੁਐਸਚਨ ਤੁਹਾਨੂੰ ਇਸ ਚੈਪਟਰ ਦੇ ਵਿੱਚੋਂ 4 ਅੰਕਾਂ ਦਾ ਆਏਗਾ ਇੱਕ 6 ਅੰਕਾਂ ਦਾ ਆਏਗਾ ਅੱਗੇ ਹੈ ਅੰਕੜਿਆਂ ਦਾ ਪ੍ਰਬੰਧਨ ਇਹਦੇ ਵਿੱਚੋਂ 6 ਅੰਕਾਂ ਦਾ ਆਏਗਾ ਬੇਟਾ ਇੱਕ ਹੀ ਪ੍ਰਸ਼ਨ ਆਏਗਾ ਬਸ 6 ਅੰਕਾਂ ਦਾ ਕਲੀਅਰ ਤਾਂ ਇਸੇਕੇ ਤੁਹਾਡੇ 6 ਚੈਪਟਰ ਆ ਜਿਹੜੇ ਤੁਹਾਡੇ ਟਰਮ 2 ਲਈ ਹੋਣਗੇ ਬੀਜਗਣਿਤ ਅਨੰਬਕਰਨ ਨੂੰ ਸਮਝਣਾ ਪ੍ਰਯੋਗਿਕ ਜਮਾਇਤੀ ਅਨੁਪਾਤ ਅਤੇ ਸਮਾਨ ਅਨੁਪਾਤ ਪਰਿਮਾਪ ਅਤੇ ਖੇਤਰਫਲ ਅੰਕੜਿਆਂ ਦਾ ਪ੍ਰਬੰਧਨ ਠੀਕ ਹੈ ਕੁੱਲ ਪੇਪਰ ਆ ਜਿਹੜਾ ਤੁਹਾਡਾ 40 ਅੰਕਾਂ ਦਾ ਹੋਏਗਾ ਕਲੀਅਰ ਤਾਂ ਤੁਸੀਂ ਨੋਟ ਕਰ ਲੈਣੇ ਆ ਇਹ ਚੈਪਟਰ ਆ ਜਿਹੜੇ ਟਰਮ 2 ਦੇ ਵਿੱਚ ਜਿਹੜਾ ਤੁਹਾਨੂੰ ਪੇਪਰ ਆਉਣਾ 40 ਅੰਕਾਂ ਦਾ ਉਹ ਇੰਨਾ ਇੰਨਾ ਚੈਪਟਰਾਂ ਦੇ ਵਿੱਚੋਂ ਹੀ ਆਉਣਾ ਛੇਵੇਂ ਜਮਾਤ ਲਈ ਠੀਕ ਹੈ ਬੇਟਾ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜਮਾਤ 7ਵੀਂ ਲਈ ਵਿਸ਼ਾ ਗਣਿਤ ਟਰਮ 2 ਦਾ ਸਿਲੇਬਸ ਤੇ ਪੇਪਰ ਦਾ ਪੈਟਰਨ ਕੁੱਲ ਅੰਕ ਜਿਹੜੇ ਟਰਮ 2 ਦੇ ਪੇਪਰ ਦੇ ਆਪਣੇ 40 ਹੋਣਗੇ ਤੇ ਸਮਾਂ ਇਸ ਵਾਰ ਆਪਾਂ ਨੂੰ 1.5 ਘੰਟੇ ਦੀ ਥਾਂ 2 ਘੰਟੇ ਦਾ ਦਿੱਤਾ ਜਾਏਗਾ ਪ੍ਰਸ਼ਨ ਪੱਤਰ ਦੀ ਬਣਤਰ ਭਾਗ ੳ ਅੜਾ ਤੇ ਈੜੀ ਹੋਣਗੇ 1 ਤੋਂ ਲੈ ਕੇ 4 ਤੱਕ ਭਾਗ ੳ ਵਿੱਚ ਹੋਣਗੇ ਪ੍ਰਸ਼ਨ ਹਰੇਕ ਪ੍ਰਸ਼ਨ ਦਾ 2 ਅੰਕ ਹੋਏਗਾ ਭਾਗੜਾ ਦੇ ਵਿੱਚ 5 ਤੋਂ ਲੈ ਕੇ 9 ਤੱਕ ਹੋਣਗੇ ਹਰੇਕ ਕੁਸ਼ਨ ਦੇ 4 ਅੰਕ ਹੋਣਗੇ ਤੇ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਏਗੀ ਮਤਲਬ ਕੋਈ ਵੀ ਤਿੰਨ ਪ੍ਰਸ਼ਨ ਜਿਹੜੇ ਉਹ ਜਾਂਚ ਹੋਣਗੇ ਭਾਗ ਈ ਦੇ ਵਿੱਚ ਦੋ ਪ੍ਰਸ਼ਨ ਹੋਣਗੇ 10 ਤੇ 11 6 ਅੰਕਾਂ ਦੇ ਹੋਣਗੇ ਦੋਵਾਂ 'ਚ ਅੰਦਰੂਨੀ ਛੋਟ ਮਤਲਬ ਜਾਂ ਹੋਏਗੀ ਕਲੀਅਰ ਚਲੋ ਆਪਾਂ ਚੈਪਟਰ ਦੇਖਦੇ ਹਾਂ ਕਿਹੜੇ-ਕਿਹੜੇ ਆ ਤਾਂ 1 ਅੰਕ ਦਾ ਕੋਈ ਪ੍ਰਸ਼ਨ ਆਪਾਂ ਨੂੰ ਇਸ ਵਾਰ ਨਹੀਂ ਆਏਗਾ 2 ਅੰਕਾਂ ਵਾਲੇ 4 ਅੰਕਾਂ ਤੇ 6 ਅੰਕਾਂ ਵਾਲੇ ਆਉਣਗੇ ਅੰਕੜਿਆਂ ਦਾ ਪ੍ਰਬੰਧਨ ਆਏਗਾ ਈਸ਼ਵਰ ਚੈਪਟਰ ਆਪਣੇ ਕੋਲ 6 ਅੰਕਾਂ ਦਾ ਇੱਕ ਹੀ ਪ੍ਰਸ਼ਨ ਆਏਗਾ ਅੰਕੜਿਆਂ ਦੇ ਪ੍ਰਬੰਧਨ ਦੇ ਵਿੱਚੋਂ 6 ਅੰਕਾਂ ਦਾ ਸਰਲ ਸਮੀਕਰਨ ਵੀ ਆਪਾਂ ਨੂੰ 6 ਅੰਕਾਂ ਦੀ ਆਏਗੀ ਪਰ ਇਸ ਦੇ ਵਿੱਚ ਇੱਕ 2 ਦਾ ਆਏਗਾ ਇੱਕ 4 ਦਾ ਆਏਗਾ ਟ੍ਰਾਇੰਗਲ ਚੈਪਟਰ 53 ਇਹ ਵੀ 6 ਅੰਕਾਂ ਦਾ ਇੱਕ ਕੁਐਸਚਨ 2 ਦਾ ਇੱਕ 4 ਦਾ ਆਏਗਾ ਅੱਗੇ ਆਪਣੇ ਕੋਲੇ ਆਏਗਾ 53 ਦੀ ਸਰਵੰਗ ਸਮਤਾ ਇਹ ਵੀ 6 ਦੀ 1 2 ਦਾ ਇੱਕ 4 ਦਾ ਪ੍ਰਯੋਗਿਕ ਰੇਖਾ ਗਣਿਤ 4 ਦਾ ਆਊਗਾ 21 ਪ੍ਰਸ਼ਨ ਆਊਗਾ 4 ਅੰਕਾਂ ਚ ਕਲੀਅਰ ਪ੍ਰਮਾਪਦ ਦੇ ਖੇਤਰਫਲ ਵੀ 6 ਅੰਕਾਂ ਦਾ ਆਏਗਾ ਇਦੇ ਵਿੱਚ ਵੀ ਸਾਨੂੰ 21 ਪ੍ਰਸ਼ਨ 6 ਅੰਕਾਂ ਦੇ ਵਿੱਚ ਪੁੱਛਿਆ ਜਾਏ। ਬੀਜ ਗਿਣਿਤਕ ਵਿੰਜਕ ਵੀ 6 ਅੰਕਾਂ ਦਾ ਇਹਦੇ ਵਿੱਚ ਇੱਕ 2 ਦਾ ਤੇ ਇੱਕ 4 ਦਾ। ਮਤਲਬ ਕੁੱਲ ਦੋ-ਦੋ ਅੰਕਾਂ ਵਾਲੇ ਸਾਨੂੰ 4 ਪ੍ਰਸ਼ਨ ਪੁੱਛੇ ਜਾਣਗੇ, 4-4 ਅੰਕਾਂ ਵਾਲੇ ਸਾਨੂੰ 5 ਪੁੱਛੇ ਜਾਣਗੇ, 6-6 ਅੰਕਾਂ ਵਾਲੇ ਸਾਨੂੰ 2 ਜਿਹੜੇ 6-6 ਅੰਕਾਂ ਵਾਲੇ 2 ਹੋਣਗੇ ਇਹਨਾਂ ਦੋਹਾਂ ਦੇ ਵਿੱਚ ਜਾਂ ਹੋਊਗੀ। ਪੰਜ ਜਿਹੜੇ 3-3 ਅੰਕਾਂ ਵਾਲੇ 5 4 ਅੰਕਾਂ ਵਾਲੇ 5 ਪ੍ਰਸ਼ਨ ਹੋਣਗੇ ਇਹਨਾਂ ਦੇ ਵਿੱਚੋਂ ਕਿਸੇ ਤਿੰਨ ਵਿੱਚ ਸਾਨੂੰ ਕੀ ਹੋएगी ਜਾਂ ਤੇ ਦੋ ਅੰਕਾਂ ਵਾਲੇ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ। ਕੁੱਲ ਪੇਪਰ ਜਿਹੜਾ ਸਾਡਾ 40 ਅੰਕਾਂ ਦਾ ਹੋਏਗਾ। ਤੇ ਸਾਨੂੰ ਟਾਈਮ ਆ ਜਿਹੜਾ ਉਹ 2 ਘੰਟੇ ਦਾ ਦਿੱਤਾ ਗਿਆ ਮੋਸਟ ਇੰਪੋਰਟੈਂਟ ਗੱਲ ਟਰਮ 2 ਲਈ ਪੇਪਰ ਰਿਟਰਨ ਹੋਏਗਾ ਤੇ ਟਰਮ 1 ਵਾਲਾ ਸਿਲੇਬਸ ਟਰਮ 2 ਦੇ ਵਿੱਚ ਨਹੀਂ ਆਏਗਾ ਇਹ ਚੈਪਟਰ ਤੁਹਾਨੂੰ ਸੱਤ ਚੈਪਟਰ ਆਉਣਗੇ ਅੰਕੜਿਆਂ ਦਾ ਪ੍ਰਬੰਧਨ ਸਰਲ ਸਮੀਕਰਨ ਤ੍ਰਿਪੋਜ 53 ਦੀ ਸਰਵੰਗ ਸੰਪਤਾ ਪ੍ਰਯੋਗਿਕ ਰੇਖਾ ਗਣਿਤ ਪਰਮਾਪਤ ਅਤੇ ਖੇਤਰਫਲ ਬੀਜਗਣਿਤਕ ਵਿਅੰਜਕ ਕਲੀਅਰ ਬੇਟਾ ਤੁਸੀਂ ਸਕਰੀਨ ਸ਼ਾਟ ਲੈ ਲਓ ਨੋਟ ਕਰ ਲਓ ਹਾਂਜੀ ਨੈਕਸਟ ਅੱਪਰ ਡਿਸਕਸ ਕਰਦੇ ਆ ਬੇਟਾ ਜਮਾਤ 9ਵੀਂ ਲਈ ਵਿਸ਼ਾ ਗਣਿਤ ਟਰਮ 2 ਪੇਪਰ ਪੈਟਰਨ ਤੇ ਸਿਲੇਬਸ ਕੋਲੰਕਾਂ ਦਾ ਜਿਹੜਾ ਮੈਥ ਵਿਸ਼ੇ ਦਾ ਪੇਪਰ ਹੋਏਗਾ 9ਵੀਂ ਜਮਾਤ ਲਈ ਉਹ 40 ਦਾ ਹੋਏਗਾ ਤੇ 2 ਘੰਟੇ ਸਾਨੂੰ ਪੇਪਰ ਨੂੰ ਹੱਲ ਕਰਨ ਲਈ ਮਿਲਣਗੇ ਠੀਕ ਹੈ ਰਿਟਰਨ ਹੋਏਗਾ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ ਭਾਗ ੳ ਦੇ ਵਿੱਚ 1 ਤੋਂ ਲੈ ਕੇ 4 ਤੱਕ 2-2 ਅੰਕਾਂ ਵਾਲੇ ਪ੍ਰਸ਼ਨ ਹੋਣਗੇ ਭਾਗ ਅ ਦੇ ਵਿੱਚ 5 ਤੋਂ ਲੈ ਕੇ 9 ਤੱਕ 4 ਅੰਕਾਂ ਵਾਲੇ ਪ੍ਰਸ਼ਨ ਹੋਣਗੇ ਤੇ ਪੰਜ ਪ੍ਰਸ਼ਨ ਹੋਣਗੇ ਇਹ ਤੇ ਪੰਜ ਦੇ ਵਿੱਚੋਂ ਕਿਸੇ ਤਿੰਨ ਵਿੱਚ ਅੰਦਰੂਨੀ ਸ਼ੋਰਟ ਹੋਏਗੀ ਮਤਲਬ ਜਾਂ ਹੋਏਗੀ ਕਲੀਅਰ ਤੇ ਭਾਗ ਈਡੀ ਵੱਡੇ ਪ੍ਰਸ਼ਨ ਹੋਣਗੇ ਸਵਾਲ ਹੋਣਗੇ ਜਿਹੜੇ 10 ਤੋਂ 11 ਮਤਲਬ ਦੋ ਪ੍ਰਸ਼ਨ 6-6 ਅੰਕਾਂ ਦੇ ਹੋਣਗੇ ਦੋਹਾਂ ਵਿੱਚ ਅੰਦਰੂਨੀ ਸ਼ੂਟ ਮਤਲਬ ਜਾਂ ਹੋਏਗੀ ਕਲੀਅਰ ਮਤਲਬ ਚਾਰ ਪ੍ਰਸ਼ਨ ਹੋਣਗੇ ਚਾਰ ਦੇ ਵਿੱਚ ਤੁਸੀਂ ਦੋ ਕਰਨੇ ਕਲੀਅਰ ਅੱਗੇ ਪਰ ਦੇਖਨੇ ਇੱਕ ਅੰਕ ਵਾਲਾ ਕੋਈ ਪ੍ਰਸ਼ਨ ਟਰਮ 2 'ਚ ਨਹੀਂ ਪੁੱਛਿਆ ਜਾਏਗਾ ਦੋ ਅੰਕਾਂ ਵਾਲੇ ਚਾਰ ਤੇ ਛੇ ਅੰਕਾਂ ਵਾਲੇ ਟਰਮ 2 ਦੇ ਵਿੱਚ ਪੁੱਛੇ ਜਾਣਗੇ ਤੇ ਚੈਪਟਰ ਕਿਹੜੇ-ਕਿਹੜੇ ਨੇ ਸਾਡੇ ਅੰਕੜਾ ਵਿਗਿਆਨ ਛੇ ਅੰਕਾਂ ਦਾ ਆਏਗਾ ਇੱਕ ਹੀ ਪ੍ਰਸ਼ਨ ਆਏਗਾ ਛੇ ਅੰਕਾਂ 'ਚ ਸਮਾਂਤਰ ਚਤੁਰਭੁਜਾਂ ਤੇ 53 ਦਾ ਖੇਤਰਫਲ ਇਹ ਡਾਟਾ ਹੈਂਡਲਿੰਗ ਸਟੈਟਿਕ ਹੋ ਗਿਆ ਛੇ ਅੰਕਾਂ ਦਾ ਸਮਾਂਤਰ ਚਤੁਰਭੁਜ ਤੇ 53 ਦਾ ਖੇਤਰਫਲ ਠੀਕ ਹੈ ਏਰੀਆ ਆਫ ਟ੍ਰਾਇੰਗਲਸ ਐਂਡ ਪੈਰਲੋਗ੍ਰਾਮਸ 6 ਅੰਕਾਂ ਦਾ ਆ ਚਾਰ ਅੰਕਾਂ ਦਾ ਆਏਗਾ ਸੌਰੀ ਇੱਕ ਪ੍ਰਸ਼ਨ ਹੀ ਸਾਨੂੰ ਚਾਰ ਅੰਕਾਂ ਚ ਪੁੱਛਿਆ ਜਾਏਗਾ ਅੱਗੇ ਸਰਕਲ ਚੈਪਟਰ ਚੱਕਰ ਚੈਪਟਰ ਦੇ ਵਿੱਚੋਂ ਵੀ 6 ਅੰਕਾਂ ਦਾ 1 2 ਦਾ 1 4 ਦਾ ਰਚਨਾਵਾ ਜਾਨੀ ਕਿ ਕੰਸਟ੍ਰਕਸ਼ਨ ਦੇ ਵਿੱਚੋਂ ਚਾਰ ਅੰਕਾਂ ਦਾ ਇੱਕ ਇੱਕ ਪ੍ਰਸ਼ਨ ਪੁੱਛਿਆ ਜਾਏਗਾ ਕੰਸਟ੍ਰਕਸ਼ਨ ਦੇ ਵਿੱਚੋਂ ਚਾਰ ਅੰਕਾਂ ਦੀ ਤੁਹਾਨੂੰ ਰਚਨਾ ਕਰਨੀ ਆਏਗੀ ਕੰਸਟ੍ਰਕਸ਼ਨ ਕਰਨੀ ਆਏਗੀ ਅੱਗੇ ਹੈ ਸਤਈ ਖੇਤਰਫਲ ਅਤੇ ਆਇਤਨ ਠੀਕ ਹੈ ਇਹ 8 ਅੰਕਾਂ ਦਾ ਆਏਗਾ ਇਸ ਦੇ ਵਿੱਚੋਂ 1 2 ਦਾ ਤੇ 1 6 ਦਾ ਟੋਟਲ 8 ਅੰਕਾਂ ਦਾ ਆਏਗਾ ਸਰਫਿਸ ਏਰੀਆ ਐਂਡ ਵੋਲਿਊਮ ਚੈਪਟਰ ਅੱਗੇ ਟ੍ਰਾਇੰਗਲ ਚੈਪਟਰ ਟਰਪੀ ਦੇ ਵਿੱਚੋਂ 6 ਅੰਕਾਂ ਦਾ 1 2 ਦਾ 1 4 ਦਾ ਹੀਰੋ ਦਾ ਸੂਤਰ ਮੋਸਟ ਇੰਪੋਰਟੈਂਟ ਚੈਪਟਰ 6 ਅੰਕਾਂ ਦਾ ਆਏਗਾ 1 2 ਦਾ ਆਏਗਾ 1 4 ਦਾ ਆਏਗਾ ਠੀਕ ਹੈ ਮਤਲਬ ਕੁੱਲ ਪ੍ਰਸ਼ਨ ਜਿਹੜੇ ਤੁਹਾਨੂੰ 2 2 ਅੰਕਾਂ ਵਾਲੇ 4 ਪੁੱਛੇ ਜਾਣਗੇ 3 3 ਅੰਕਾਂ ਵਾਲੇ 5 ਤੇ 6 6 ਅੰਕਾਂ ਵਾਲੇ 2 ਜਿਹੜੇ ਤਿੰਨ ਤਿੰਨ ਅੰਕਾਂ ਵਾਲੇ ਪ੍ਰਸ਼ਨ ਸੋਰੀ ਚਾਰ ਚਾਰ ਅੰਕਾਂ ਵਾਲੇ ਪ੍ਰਸ਼ਨ ਹੋਣਗੇ ਪੰਜ ਇਹਨਾਂ ਦੇ ਵਿੱਚੋਂ ਕਿਸੇ ਤਿੰਨ ਵਿੱਚ ਅੰਦਰੂਨੀ ਛੋਟ ਹੋਏਗੀ ਮਤਲਬ ਜਾਂ ਹੋਏਗੀ ਤੇ ਜਿਹੜੇ ਛੇ ਛੇ ਅੰਕਾਂ ਵਾਲੇ ਦੋ ਪ੍ਰਸ਼ਨ ਹੋਣਗੇ ਦੋਨਾਂ ਦੇ ਵਿੱਚ ਤੁਹਾਨੂੰ ਜਾਂ ਹੋਏਗੀ ਠੀਕ ਹੈ ਜੀ ਤਾਂ ਕੁੱਲ ਪੇਪਰ ਜਿਹੜਾ ਆਪਣਾ 40 ਅੰਕਾਂ ਦਾ ਹੋਏਗਾ ਟਰਮ 2 ਲਈ ਨੌਵੀਂ ਗਣਿਤ ਲਈ ਤੇ ਦੋ ਘੰਟੇ ਸਾਨੂੰ ਇਸ ਪੇਪਰ ਨੂੰ ਹੱਲ ਕਰਨ ਲਈ ਦਿੱਤੇ ਜਾਣਗੇ ਜਿਹੜਾ ਕਿ ਅਸੀਂ ਲਿਖਤੀ ਕਰਨਾ ਹੋਏਗਾ ਤਾਂ ਇਹ ਚੈਪਟਰ ਦੁਬਾਰਾ ਤੁਸੀਂ ਸਕਰੀਨਸ਼ਾਟ ਲੈ ਲਓ ਕਿਹੜੇ-ਕਿਹੜੇ ਨੇ ਅੰਕੜਾ ਵਿਗਿਆਨ ਸਮਾਂਤਰ ਚਤ੍ਰਪ੍ਰਿਤ 55 ਦਾ ਖੇਤਰਫਲ ਚੱਕਰ ਰਚਨਾਵਾ 27 ਖੇਤਰਫਲ ਅਤੇ ਆਇਤਨ ਤ੍ਰਿਭੁਜ ਹੀਰੋ ਦਾ ਸੂਤਰ ਕਲੀਅਰ ਇਹਨਾਂ ਦੇ ਵਿੱਚੋਂ ਸਾਨੂੰ ਟਰਮ 2 ਦਾ ਪੇਪਰ ਆਏਗਾ ਜਿਹੜੇ ਪਹਿਲਾਂ ਸੀ ਟਰਮ 1 ਦੇ ਵਿੱਚ ਕਰ ਲਏ ਉਹ ਇਸ ਵਾਰ ਸਿਲੇਬਸ ਵਿੱਚ ਪੇਪਰ ਦੇ ਵਿੱਚ ਨਹੀਂ ਹੋਣਗੇ ਠੀਕ ਹੈ ਬੇਟਾ ਤਾਂ ਤੁਸੀਂ ਇਸ ਹਿਸਾਬ ਨਾਲ ਆਪਣੀ ਤਿਆਰੀ ਜਿਹੜੀ ਉਹ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਹੈ ਥੈਂਕ ਯੂ